किसान भीरो देश विदेश बैठे मेरे इस चैनल हरचरण सिंह सिद्धू चैनल दे विच तुहाडा स्वागत है। तो तुसीं सबसक्राइब तो शेयर करना ना भुल्यो क्योंकि तुहाडा अपना चैनल है। सो सत श्री अकाल, नमस्ते, सलाम, खुश रहो अते खुशियां वंडो, ये तुहाडे नाम पैगाम। दोस्तो अज असी गल ना अपना बात पावां बतौली पावां ते बात नूं लावां कुंडे। अज असी वो बात सुना रहे मैं तुहानूं बादशाहियां दी, असली बादशाह कौन है, असली तख्त कित्थे है, ते आओ असी गल करदे हां सरदार जी होरां नाल। सरदार जी सत श्री अकाल जी। ਹੋਰ ਜੀ ਕੀ ਹਾਲ ਹੈ? ਠੀਕ ਠਾਕ ਜੀ। ਹੋਰ ਜੀ ਕੀ ਨਾਮ ਜੀ ਆਪਣਾ ਜੀ? ਰਵਿੰਦਰ ਸਿੰਘ ਸਿੱਧੂ ਜੀ। ਅੱਛਾ ਅੱਛਾ। ਨੰਬਰਦਾਰ ਪਿੰਡ ਜਲਾਲਣਾ। ਪਿੰਡ ਜਲਾਲਣਾ ਜੀ। ਸੋ ਗੱਲ ਸੀ ਸਰਦਾਰੀਆਂ ਦੀ, ਗੱਲ ਸੀ ਬਾਦਸ਼ਾਹੀਆਂ ਦੀ, ਤੇ ਗੱਲ ਹੈ ਤਖਤ ਦੀ। ਸੋ ਮੇਰਾ ਇਹ ਮੰਨਣਾ ਹੈ, ਗੁਰਦਾਸ ਮਾਨ ਨੇ ਸਾਹਿਬ ਵੀ ਨੇ ਵੀ ਗਾਇਆ ਗਾਣਾ ਸਾਡੇ ਇਸ ਮੰਜੇ 'ਤੇ, ਸਾਡਾ ਜੱਟ ਬਣਿਆ ਨਵਾਬ ਹੋਵੇ, ਹਾਂਜੀ ਆਪਣਾ ਪੰਜਾਬ ਹੋਵੇ, ਤਾਂ ਤੁਹਾਡਾ ਕੀ ਖਿਆਲ ਹੈ ਜੀ ਜੱਟ ਦੀ ਜ਼ਿੰਦਗੀ ਬਾਰੇ ਜੀ? ਬਹੁਤ ਵਧੀਆ ਖਿਆਲ ਹੈ ਜੀ, ਤੁਹਾਡੀ ਗੱਲ ਕੀਤੀ ਹੈ ਤੁਸੀਂ ਇਹ। ਇਸ ਵਾਸਤੇ ਜ਼ਿਮੀਦਾਰ ਨੂੰ ਹਮੇਸ਼ਾ ਇਹ ਮੰਜਾ ਹੀ ਚੰਗਾ ਲੱਗਦਾ ਖੇਤ ਦੇ ਵਿੱਚ ਆ ਕੇ, ਤਾਂ ਹੋਰ ਤਾਂ ਕੋਈ ਵੱਡੀ ਚੀਜ਼ ਨਹੀਂ ਹੁੰਦੀ ਬੈਠਣ ਵਾਸਤੇ ਸਾਡੇ ਕੋਲੇ। ਜੀ ਜੀ, ਜੋ ਕਿ ਸਭ ਤੋਂ ਵੱਡਾ ਜੀ, ਜੋ ਕਿ ਕਹਿੰਦੀ ਹੈ ਜੀ ਵੱਡਾ। ਹਾਂਜੀ, ਸਾਨੂੰ ਤਾਂ ਇਹ ਘਰ ਨਹੀਂ ਮਹਿਸੂਸ ਹੋ ਰਿਹਾ। ਠੀਕ ਹੈ। ਸੋ ਨੰਬਰਦਾਰ ਸਾਹਿਬ ਦਾ ਕਹਿਣ ਦਾ ਭਾਵ ਇਹ ਹੈ, ਮੇਰਾ ਇਹ ਕਹਿਣ ਦਾ ਭਾਵ ਹੈ, ਜੋ ਕਿਸਾਨ ਹੈ ਇਹ ਦੁਨੀਆਂ ਦਾ ਕਿਸਾਨ, ਦੁਨੀਆਂ ਦਾ ਨੰਬਰਦਾਰ ਸਾਹਿਬ ਨਾਲ ਮੈਂ ਗੱਲ ਕਰ ਰਿਹਾ, ਇਹ ਖੇਤ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਸਾਡੀ ਜ਼ਿੰਦਗੀ, ਸਾਡਾ ਟਰੈਕਟਰ, ਸਾਡੀਆਂ ਸਰਦਾਰੀਆਂ, ਸਾਡੀਆਂ ਬਾਦਸ਼ਾਹੀਆਂ, ਇਹ ਟਾਹਲੀ ਹੈ ਜੀ, ਇਹ ਸਾਡੀਆਂ ਜਿਹੜੀਆਂ ਫਸਲਾਂ ਹਨ, ਆਹ ਦੇਖੋ ਨਰਮੇ 8-8 ਫੁੱਟ ਹੈ ਜੀ। ਸੋ ਇਹ ਸਾਡੀ ਜਿਹੜੀ ਜ਼ਿੰਦਗੀ ਹੈ, ਆਹ ਮੰਜੇ ਨੂੰ ਮੈਂ ਤਖਤ ਦਾ ਨਾਂ ਤਾਂ ਦੇ ਰਿਹਾ ਵੀ ਜੋ ਇਨਸਾਨ ਨੇ, ਕਿਸਾਨ ਨੇ ਇਹ ਪੈਦਾ ਕਰਕੇ ਪੂਰੀ ਦੁਨੀਆਂ ਨੂੰ ਖਵਾਉਂਦੇ ਹੋਣੇ, ਧਰਤੀ ਦਾ ਰੱਬ ਹਨ, ਕਿਸਾਨ ਅਤੇ ਮਜ਼ਦੂਰ ਅਤੇ ਜਵਾਨ, ਜੈ ਜਵਾਨ, ਜੈ ਕਿਸਾਨ, ਜੈ ਮਜ਼ਦੂਰ, ਜੈ ਵਿਗਿਆਨ। ਸੋ ਇਹਦੇ ਸਾਡਾ ਹੈ ਜਿਵੇਂ ਸਾਡੇ ਬਰਤਨ, ਠੀਕ ਹੈ ਜੀ, ਸਾਡੀਆਂ ਜਿਸ ਤਰ੍ਹਾਂ ਸਾਡੀ ਨਿੱਜੀ ਜ਼ਿੰਦਗੀ ਜਿਹੜੀ ਹੈ, ਸਾਡੀਆਂ ਇਹ ਸਪਰੇ ਵਾਲੀ ਢੋਲਕੀਆਂ, ਆਮ ਮਤਲਬ ਮੈਂ ਤਾਂ ਇਹ ਕਰ ਰਿਹਾ ਵੀ ਆਉਣ ਵਾਲੀ ਪੀੜ੍ਹੀ ਵਾਸਤੇ ਜਿਹੜੀ ਸਾਡੀ ਜ਼ਿੰਦਗੀ ਹੈ, ਇਹ ਕਿੱਡੀ ਕਿਸਾਨ ਦਾ ਅਸੀਂ ਦੇਣਾ ਨਹੀਂ ਦੇ ਸਕਦੇ, ਕਿਸਾਨ ਵੀਰੋ, ਕਿਸਾਨ ਦਾ ਦੇਣਾ ਅਸੀਂ ਨਹੀਂ ਦੇ ਸਕਦੇ। ਬਾਦਸ਼ਾਹੀਆਂ ਤਾਂ ਤਖਤ ਮੈਂ ਤਾਂ ਕਿਹਾ ਇਸ ਮੰਜੇ ਨੂੰ ਕਿਉਂਕਿ ਇਹ ਟਾਹਲੀ ਥੱਲੇ ਜਿਹੜਾ ਸਾਡਾ ਤਖਤ ਹੈ, ਸਾਡਾ ਇਹ ਮੰਜਾ ਹੈ, ਇਹ ਬਾਦਸ਼ਾਹ ਜੋ ਸਾਨੂੰ ਅਨਾਜ ਪੈਦਾ ਕਰਕੇ ਸਾਡੇ ਭੁੱਖੇ ਢਿੱਡਾਂ ਨੂੰ ਭਰਦਾ ਅਤੇ ਪੂਰੀ ਦੁਨੀਆਂ ਦਾ ਢਿੱਡ ਭਰਦਾ, ਕਦੇ ਨਾ ਕਦੇ ਕਿਤੇ ਨਾ ਕਿਤੇ ਆਪ ਭੁੱਖਾ ਰਹਿ ਵੀ ਜਾਂਦਾ, ਪਰ ਦੂਜਿਆਂ 'ਤੇ ਇਹ ਤਰਸ ਕਰਦਾ। ਸੋ ਕਿਸਾਨ ਨੂੰ ਅਸੀਂ ਦੇਣਾ, ਮਜ਼ਦੂਰ ਦਾ ਦੇਣਾ ਨਹੀਂ ਦੇ ਸਕਦੇ। ਅੱਜ ਕੱਲ੍ਹ ਵੱਧ ਰਹੇ ਖਰਚਿਆਂ 'ਤੇ ਸਰਦਾਰ ਜੀ ਤੁਹਾਡਾ ਕੀ ਖਿਆਲ ਹੈ? ਇਹ ਖਰਚਿਆਂ 'ਤੇ ਤਾਂ ਜੀ ਆਪਣੇ ਆਪ ਵਧਾਉਂਦੇ ਆ, ਮੇਰੇ ਖਿਆਲ ਨਾਲ ਤਾਂ ਲੋਕਡਾਊਨ ਹੈ ਜੀ, ਇਹ ਜ਼ਿਮੀਦਾਰਾਂ ਵਾਸਤੇ ਬਹੁਤ ਠੀਕ ਹੋ ਰਿਹਾ ਹੈਗਾ। ਠੀਕ ਜੀ, ਇਸ ਦੀ ਵਜ੍ਹਾ ਨਾਲ ਖਰਚੇ ਬਹੁਤ ਜ਼ਿਆਦਾ ਘੱਟ ਗਏ ਨਾ। ਜੀ ਜੀ, ਬਾਕੀ ਆ ਵਿਆਹ ਸ਼ਾਦੀਆਂ ਦੇ ਖਰਚੇ ਲਾ ਲਓ ਜੀ, ਇਹ ਵੀ ਥੋੜੇ ਨਾਲ ਹੀ ਡੰਗ ਲਾਹ ਜਾਂਦਾ ਹੈ। ਬਾਕੀ ਆਪਾਂ ਜਿਹੜੇ ਵਿਖਾਵੇ ਵਾਸਤੇ ਕਰੀ ਜਾਂਦੇ ਹੈਗੇ, ਜੀ ਜੀ, ਲੱਖੋਂ ਰੁਪਈਆ ਲਾ ਕੇ ਇੱਕ ਦਿਨ ਦੇ ਵਿੱਚ, ਜੀ ਜੀ, ਪਤਾ ਨਹੀਂ ਕਿੱਥੋਂ ਕਿਤੇ ਕਰਜ਼ੇ ਦੀ ਦਾਅ ਹੇਠ ਆ ਜਾਂਦੇ ਹਾਂ, ਆ ਜਾਂਦੇ ਹਾਂ। ਠੀਕ ਹੈ ਜੀ, ਪਰ ਮੈਂ ਵੀ ਇਹੀ ਕਹਿਣਾ ਚਾਹੁੰਦਾ ਵੀ ਇਸ ਦਾਅ ਤੋਂ ਬਚੋ ਜੀ, ਅਤੇ ਹੋਰ ਬਾਕੀ ਜਿਹੜਾ ਹੈਗੇ ਸਭ ਜਾਣਦੇ ਹੀ ਨੂੰ, ਸਾਰੇ ਸਿਆਣੇ ਨੇ ਆਪਣੇ ਨੂੰ। ਜੀ ਜੀ ਜੀ, ਸੋ ਇਹਨਾਂ ਦਾ ਕਹਿਣ ਦਾ ਭਾਵ ਹੈ ਜੀ, ਫਜ਼ੂਲ ਖਰਚੀ 'ਤੇ ਨੱਥ ਪਾਓ, ਮਤਲਬ ਕਿ ਜਦੋਂ ਅਸੀਂ ਫਜ਼ੂਲ ਖਰਚੀ 'ਚੋਂ ਬਾਹਰ ਆ ਗਏ, ਜਦੋਂ ਅਸੀਂ ਕਰਜ਼ੇ 'ਚੋਂ ਬਾਹਰ ਆ ਗਏ, ਅਸੀਂ ਚੰਗੀ ਜ਼ਿੰਦਗੀ, ਫਿਕਰ ਰਹਿਤ ਜ਼ਿੰਦਗੀ ਅਸੀਂ ਜਿਉਂ ਕੇ ਜਾਂਦੇ ਹਾਂ ਇੱਥੋਂ, ਅਤੇ ਅਗਲੀਆਂ ਪੀੜ੍ਹੀਆਂ ਨੂੰ ਅਸੀਂ ਕਰਜ਼ਾ ਰਹਿਤ ਅਸੀਂ ਜਿਹੜੀ ਸਾਡੀ ਜ਼ਿੰਦਗੀ ਦੇਵਾਂਗੇ। ਸੋ ਇਸ ਕਰਕੇ ਦੂਸਰਾ ਜੀ, ਪੜ੍ਹਾਈ ਬਾਰੇ ਤੁਹਾਡਾ ਕੀ ਖਿਆਲ ਹੈ ਜੀ? ਪੜ੍ਹਾਈ ਬਹੁਤ ਜ਼ਰੂਰੀ ਹੈ ਜੀ। ਜੀ, ਮੈਂ ਆਪਣੇ ਮੈਟ੍ਰਿਕ ਕਰ ਰੱਖੀ ਆ, ਮੁੰਡਾ ਮੇਰਾ BSc ਐਗਰੀਕਲਚਰ ਕਰ ਰਿਹਾ। ਵਾਹ ਜੀ ਵਾਹ। ਹਾਂਜੀ, ਪੜ੍ਹਾਈ ਜ਼ਰੂਰੀ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ, ਪੜ੍ਹਾਈ ਤੋਂ ਬਿਨਾਂ ਤਾਂ ਕੁਛ ਵੀ ਨਹੀਂ। ਜੀ ਜੀ, ਇਸ ਵਾਸਤੇ ਪਹਿਲਾਂ ਲੋਕਾਂ ਦਾ ਖਿਆਲ ਸੀ ਵੀ ਪੜ੍ਹ ਕੇ ਬੰਦਾ ਖੇਤੀ ਦਾ ਕੰਮ ਨਹੀਂ ਕਰਦਾ। ਜੀ ਜੀ, ਪਰ ਮੇਰੇ ਖਿਆਲ ਦੇ ਵਿੱਚ ਹੁਣ ਖੇਤੀ ਪੜ੍ਹਾਈ ਤੋਂ ਬਾਅਦ ਹੁੰਦੀ ਹੈ। ਜੀ ਜੀ ਜੀ, ਜਿਹੜੀ ਖੇਤੀ ਦੀ ਆਪਾਂ ਨੂੰ ਨਹੀਂ ਜਾਣਕਾਰੀ, ਪੜ੍ਹਾਈ ਨਹੀਂ ਕਰੀ ਆਪਾਂ, ਜੀ ਜੀ, ਕੋਈ ਰੇਹ ਸਪਰੇ ਬਾਰੇ ਜਾਂ ਕੋਈ ਹੋਰ ਮੰਡੀਕਰਨ ਬਾਰੇ ਆਪਾਂ ਕੁਛ ਵੀ ਨਹੀਂ ਕਰ ਸਕਦੇ। ਜੀ ਜੀ, ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਤਾਂ ਪੜ੍ਹਾਈ ਬਹੁਤ ਜ਼ਰੂਰੀ ਹੋ ਗਈ ਜੀ। ਜੀ ਜੀ ਜੀ, ਜਿਹਦੇ ਕਰਕੇ ਹੁਣ ਸਰਕਾਰਾਂ ਨੇ ਤਕਰੀਬਨ ਬੈਂਕਾਂ ਦੇ ਵਿੱਚ ਜਾਂ ਹੋਰ ਜਿਹੜੇ ਧੰਦੇ ਨੇ, ਸਾਰੇ ਪੜ੍ਹਾਈ ਦੇ ਨਾ ਚੱਲਣ ਵਾਲੇ ਚੀਜ਼ਾਂ ਜੀ, ਕੰਪਿਊਟਰ ਵਗੈਰਾ ਹੋਰ, ਜੀ ਜੀ, ਇਸੇ ਚੀਜ਼ਾਂ ਤੋਂ ਹੀ ਆਪਾਂ ਨੂੰ ਅੱਗੇ ਵਧਣਾ ਪਊਗਾ। ਜੀ ਜੀ, ਇਹ ਦੱਸਿਆ ਸਰਦਾਰ ਜੀ, ਪੜ੍ਹਾਈ ਸਾਡੇ ਵਾਸਤੇ, ਵਿੱਦਿਆ ਕਿੰਨੀ ਜ਼ਰੂਰੀ ਹੈ। ਦੂਸਰਾ ਜੀ, ਜਿਹੜਾ ਸਾਡਾ ਬਚਪਨ ਅਤੇ ਬੁਢਾਪਾ, ਅਸੀਂ ਬਚਪਨ ਨੂੰ ਨਹੀਂ ਸਾਂਭਣਾ, ਨਵੀਆਂ ਸੇਧਾਂ ਦੇਣੀਆਂ, ਅਤੇ ਬੁਢਾਪੇ ਨੂੰ ਜ਼ਰੂਰ ਸਾਂਭਣਾ, ਜਿਹੜੇ ਸਾਡੇ ਪੂਰਵਜ ਹਨ, ਸਾਡੇ ਦਾਦੇ, ਸਾਡੇ ਚਾਚੇ, ਬਜ਼ੁਰਗ, ਉਹਨਾਂ ਬਾਰੇ ਕੀ ਖਿਆਲ ਹੈ ਜੀ ਤੁਹਾਡਾ? ਉਹ ਜ਼ਰੂਰੀ ਹੈ ਜੀ, ਸਭ ਤੋਂ ਵੱਡੀ ਗੱਲ ਹੈ ਇਹ। ਜੀ ਜੀ, ਪਹਿਲਾਂ ਆਪਾਂ ਆਪਦੇ ਮਾਂ ਪਿਓ ਨੂੰ ਸਾਂਭਾਂਗੇ ਤਾਂ ਉਸ ਤੋਂ ਬਾਅਦ ਅੱਗੇ ਕੋਈ ਹੋਰ ਚੀਜ਼ ਹੈ ਜੀ। ਜੀ ਜੀ, ਜਿਹੜਾ ਬੰਦਾ ਆਪਦੇ ਮਾਂ ਪਿਓ ਨੂੰ ਨਹੀਂ ਸਾਂਭਦਾ, ਉਹਦੇ ਪੱਲੇ ਕੁਛ ਨਹੀਂ ਜੀ, ਨਾ ਹੀ ਤਾਂ ਕੋਈ ਗੁਰਦੁਆਰੇ, ਮੰਦਰਾਂ, ਮਸੀਤਾਂ ਦੇ ਵਿੱਚ ਕੁਛ ਰੱਖਿਆ ਹੈਗਾ। ਜੀ ਜੀ, ਸਭ ਤੋਂ ਵੱਡੀ ਸੇਵਾ ਹੈ ਉਹ ਆਪਦੇ ਮਾਂ ਪਿਓ ਦੀ, ਮਾਂ ਪਿਓ ਦੀ। ਠੀਕ ਹੈ ਜੀ, ਸਤਿ ਵਚਨ ਜੀ। ਸੋ ਇਹਨਾਂ ਦਾ ਕਹਿਣ ਦਾ ਭਾਵ ਹੈ, ਗੁਰਬਾਣੀ ਵੀ ਇਹੀ ਕਹਿੰਦੀ ਵੀ
आत्मा दे विच परमात्मा है। मंदिर गुरुद्वारे का यह है भी सानू उत्थों विद्या लैके जिन्हें आपके माँ बाप को सांभ लिया उन्होंने सारी जिंदगी सफल हो गई, सारे नौने ही हो गए, उन्हें जाने की लोड़ नहीं कितने। सो इस करके आओ आप नौजवानों नशा रहित जिंदगी वधिया जिंदगी जीइए, आओ आप नारी का सन्मान करिए। सो क्यों मंदा आखिए जित जन्मै राजान। सो नारी की जिहड़ी विद्या है औरत की लड़कियां की पढ़ाई बारे की ख्याल है नंबरदार साहब? लड़कियां बहुत जरूरी है जी, लड़कियां की पढ़ाई। हाँ, मेरे तो बेटी है नहीं, भतीजी है मेरी, वो मेडिकल कर रही है जी। जी जी जी, ते बहुत वधिया कर रही है जी जी, ते मैं तो यहां भी सब नूं बहुत जरूरी है ये पढ़ाई करवानी लड़कियां वास्ते जी जी। जे लड़की पढ़ी लिखी होगी जी जी तां ही अगे परिवार नूं उह सेध दे सकदी है जी जी। पढ़ाई करनी लड़की वास्ते जरूरी है, वो दो तीन परिवारों वास्ते अगे वधा सकदी जी जी। सतवचन। सो बहुत वधिया, अज नंबरदार साहब का धन्नवाद कि इन्होंने कीमती पल सानूं दित्ते अपने चैनल नूं। सो एक बार फिर बेनती है सारे दोस्तों सबसक्राइब तो शेयर जरूर करो। सो जय हिंद।